ਬਿਲਕੁਲ ਪੈਰ ਧੋਵੋ ਤਾਂ ਗੱਲ ਨਹੀਂ ਸੀ, ਜੇ ਪੈਰ ਨਹੀਂ ਧੋਵੇ ਕੋਈ ਥਾਂ ਨਹੀਂ। ਮੈਂ ਕਸ ਕਰਾਂ ਇਹਨਾਂ ਭਰਮਾਂ ਨੇ ਸਾਨੂੰ ਚੁੱਕ ਕੇ ਲਿਆ ਕੇ ਖੜਾ ਕਰ ਦਿੱਤਾ। ਕੋਈ ਅੰਦਰ ਕੰਸਰਨ ਨਹੀਂ। ਇੱਕ ਚੀਜ਼ ਮੈਂ ਕਰਾਂ, ਸਤਿਗੁਰੂ ਦੀ ਤਾਬਿਆ ਜਿਹਨੇ ਸਤਿਗੁਰੂ ਦੀ ਤਾਬਿਆ ਬਹਿਣਾ ਉਹ ਜ਼ਰੂਰ ਪੈਰ ਧੋਵੇ। ਸੰਗਤ ਵਿੱਚ ਕੋਈ ਵੀ ਨਹੀਂ ਪੈਰ ਧੋਵੇ। ਅਸੀਂ ਪੈਰ ਧੋ ਕੇ ਜਾਂਦੇ ਬਾਣੀ ਦੀ ਗੱਲ ਕਰਦੇ ਆ, ਦਸਵੇਂ ਪਾਤਸ਼ਾਹ ਦਾ ਆਪਾਂ ਨੂੰ ਕੋਈ ਹੁਕਮ ਮਹਿਣਾ ਨਹੀਂ ਲੱਗਦਾ। ਮੈਂ ਕਹਿੰਦਾ ਦਸਵੇਂ ਪਾਤਸ਼ਾਹ ਤੁਹਾਡੇ ਕੋਲ ਮੰਤਰ ਦਿਖਾਓ, ਕੋਈ ਗੁਰੂ ਸਾਹਿਬ ਦਾ ਲਿਖਿਆ ਹੋਇਆ ਤੁਸੀਂ ਦਿਖਾਓ ਜਿੱਥੇ ਨਹੀਂ ਲਿਖਿਆ ਵੀ ਨਹੀਂ ਪਾਉਣਾ। ਮੈਂ ਕਹਿੰਦਾ ਤੁਸੀਂ ਮੈਨੂੰ ਦਿਖਾਓ, ਨਹੀਂ ਲਿਖਿਆ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਹਿਬ ਨੇ ਸਪਸ਼ਟ ਕਰ ਦਿੱਤਾ। ਜੇ ਤੁਸੀਂ ਆਖੋ ਵੀ ਕੱਪੜੇ, ਮੈਂ ਕੱਲ੍ਹ ਦਾ ਕੀਰਤਨ ਇਸ ਵਿਸ਼ੇ 'ਤੇ ਕਰ ਦਿੰਦਾ, ਸੁਣ ਲਓ। ਤੁਹਾਡੇ ਕੱਲ੍ਹ ਮੈਂ ਕੱਲ੍ਹ ਦਾ ਕੀਰਤਨ ਇਸ ਵਿਸ਼ੇ 'ਤੇ ਕਰ ਦਿੰਦਾ। ਜੋ ਤੁਸੀਂ ਆਖੋ ਉਹੀ ਸਾਨੂੰ ਗਲਤ ਹੈ, ਸਹੀ ਨੀ ਹੈਗਾ।